ਕਿਉਂਕਿ ਇਲੈਕਸ਼ਨ ਆ ਰਹੇ ਹੁਣ ਜਿਹੜੇ ਐਮਪੀ ਦੇ ਮੋਦੀ ਦੇ ਨਾਂ ਤੇ ਸਾਡੇ ਭਰਾ ਬਿੱਟੂ ਜੀ ਖੜੇ ਆ। ਅਸੀਂ ਮਨ ਬਣਾਇਆ ਜੋ ਦੇਸ਼ ਦੀ ਤਰੱਕੀ ਬੀਜੇਪੀ ਦੇ ਵੱਲੋਂ ਹੋਈ ਹੈ, ਅਸੀਂ ਕਿਉਂ ਨਾ ਸਾਰੇ ਇਕੱਠੇ ਹੋ ਕੇ ਦੇਸ਼ ਨੂੰ ਹੋਰ ਮਜ਼ਬੂਤ ਕਰੀਏ, ਇਹ ਸੋਚ ਕੇ ਇਹ ਵਿਚਾਰ ਨਾਲ ਅਸੀਂ ਬੀਜੇਪੀ ਜਾਣ। ਮੈਨੂੰ ਕੋਈ ਦਰਦ ਨਹੀਂ ਹੋਇਆ, ਕੋਈ ਮਹਿਸੂਸ ਨਹੀਂ ਹੋਇਆ। ਜਿਹੜਾ ਸੀ ਮੇਨ ਜਿਹੜਾ ਕਾਰਨ ਸੀ ਦੇਸ਼ ਨੂੰ ਮਜ਼ਬੂਤ ਕਰਨ ਦਾ ਸੀ, ਤਾਂ ਕਿ ਦੇਸ਼ ਨੂੰ ਆਪਾਂ ਤਰੱਕੀ ਦੇ ਜਾਣਾ। ਜਿਹੜਾ 10 ਸਾਲ 'ਚ ਜੋ ਹੋਇਆ, ਅਸੀਂ ਹਰ ਸਾਲ ਫੋਰਨ ਵੀ ਜਾਂਦੇ ਹਾਂ, ਭਾਗਵਤ ਕਰਾਉਂਦੇ ਹਾਂ, ਅਸੀਂ ਜਾ ਕੇ ਪਿਛਲੇ 15 ਸਾਲ ਤੋਂ ਜਾ ਰਹੇ ਹਾਂ, ਅਸੀਂ 15 ਸਾਲ ਪਹਿਲਾਂ ਤੇ ਅੱਜ ਦਾ ਫਰਕ ਦੇਖਿਆ ਵੀ ਬਾਹਰ ਜਾ ਕੇ ਕੀ ਰਿਸਪੈਕਟ ਹੈ ਤੁਹਾਡੇ ਇੰਡੀਅਨ ਦੀ। ਉਹ ਪਹਿਲਾਂ ਵੀ 15 ਸਾਲ ਪਹਿਲਾਂ ਵੀ ਦੇਖਿਆ, ਅੱਜ ਵੀ ਦੇਖ ਰਹੇ ਹਾਂ, ਲੇਕਿਨ ਉਹ ਚੀਜ਼ਾਂ ਸਾਰੀਆਂ ਦੇਖ ਕੇ ਨਾ ਇੱਕ ਹਿੰਦੂ ਹੋਣ ਦੇ ਨਾਤੇ ਮੇਰੇ ਕੋਲ ਤਾਂ ਨਹੀਂ ਰਿਹਾ ਗਿਆ ਕਿ ਮੈਂ ਕਿਤੇ ਹੋਰ ਜਾਵਾਂ। ਮੇਰਾ ਤਾਂ ਇਹੀ ਮਨ ਸੀ ਮੈਂ ਆ ਕੇ ਅਕਾਲੀ ਦਲ ਦੀ ਲੋਕ ਸਭਾ ਦੀ ਟਿਕਟ ਮਿਲੀ ਹੋਈ ਮੈਂ ਆਪਣੀ ਮਰਜ਼ੀ ਨਾਲ ਛੱਡ ਕੇ ਆਇਆ, ਬਿਨਾਂ ਸਵਾਰਥ ਤੋਂ ਲੋਕਾਂ ਤੱਕ ਗਲੀ ਦਾ ਪ੍ਰਧਾਨ ਬਣਾ ਦੋ, ਪਿੱਛੇ ਨਹੀਂ ਹਟਦਾ। ਤੁਸੀਂ 5 ਦਿਨ ਪਹਿਲਾਂ ਸੁਖਬੀਰ ਜੀ ਦੀ ਬਿਆਨ ਪੜ੍ਹ ਲਿਓ ਸਵੇਰੇ, ਉਹਨੂੰ ਮੈਂ 1.5 ਮਹੀਨੇ ਤੋਂ 3 ਵਾਰ ਜਾ ਕੇ ਉਹਨਾਂ ਨੂੰ ਰਿਕੁਐਸਟ ਰੱਖੀ ਗਿਆ, ਕਿਸੇ ਨੂੰ ਦੇ ਦਿਓ ਜੀ, ਮੈਂ ਨਹੀਂ ਲੜਨਾ। ਨਹੀਂ ਨਹੀਂ ਨਹੀਂ, ਉਹ ਕੋਈ ਮਤਲਬ ਨਹੀਂ ਸੀ। ਮੈਂ ਬੀਜੇਪੀ ਨਾਲ ਮੰਚ ਉਦੋਂ ਰਾਮ ਮੰਦਿਰ ਬਣਿਆ ਉਦੋਂ ਹੀ ਮਨ ਬਣ ਗਿਆ ਸੀ ਮੈਂ ਬੀਜੇਪੀ ਜੁਆਇਨ ਕਰਨੀ ਹੈ, ਤੇ ਮੈਂ ਬੀਜੇਪੀ ਦੇ ਨਾਲ ਚੱਲ। ਬਹੁਤ ਉਪਲਬਧੀ ਹੈ, ਤੁਸੀਂ 10 ਸਾਲ ਪਹਿਲਾਂ ਦੇਖ ਲਓ ਦੇਸ਼ ਦਾ ਕੀ ਹਾਲ ਸੀ, ਅੱਜ ਦੇਖ ਲਓ ਕੀ ਹਾਲ ਹੈ। ਬਹੁਤ ਚੀਜ਼ਾਂ ਹੈਗੀਆਂ, ਉਹਨਾਂ ਨੂੰ ਦੇਖਦੇ ਹੋਏ ਵੀ ਮੇਰੇ ਕੋਲ ਨਹੀਂ ਰੁਕਿਆ ਗਿਆ ਤੇ ਮੈਂ ਬੀਜੇਪੀ ਜੁਆਇਨ ਕੀਤੀ। ਪਾਰਟੀਆਂ ਚੇਂਜ ਨੂੰ ਇਹ ਹੈ ਜੀ, ਮੈਂ ਕਿਹੜਾ ਕੋਈ ਟਿਕਟ ਮੰਗ ਰਿਹਾ ਜਾਂ ਮੈਂ ਕੁਛ ਮੰਗ ਰਿਹਾ, ਮੈਂ ਤਾਂ ਟਿਕਟ ਛੱਡ ਕੇ ਆ ਗਿਆ, ਫ੍ਰੀ ਸੇਵਾ ਕਰਨ ਆਇਆ, ਤਾਂ ਕਿ ਦੇਸ਼ ਦੇ ਵਿੱਚ ਯੋਗਦਾਨ ਅਸੀਂ ਵੀ ਪਾ ਸਕੀਏ।